ਜੀ ਹਾਂ, ਅਗਰ ਕੋਈ ਬੰਦਾ ਮੁਫ਼ਤ ਮਸ਼ਵਰਾ, ਸਰ ਮੁਫ਼ਤ ਮਸ਼ਵਰੇ ਦੀ ਕਦਰ ਕਾ ਨਹੀਂ, ਕਦਰ ਕਾ ਨਹੀਂ ਹਾਲ ਕਿੰਨੇ ਨਾਲ ਡਾਢਾ ਹਜ਼ਾਰ ਫੀਸ ਲੱਖ ਲੱਖ ਫੀਸ ਦਿੱਤਾ ਉਹਨਾਂ ਦੀ ਕਦਰ ਸੀ ਗਿਆ। ਸਹੀ ਗੱਲ ਹੈ। ਹੁਣ ਕਿਉਂ ਤੁਹਾ ਕੋਈ ਗੂਗਲ ਦੇ ਰਿਸਰਚ ਕਰੋ, ਉਹਨਾਂ ਨੂੰ ਪੁੱਛੋ ਡਾ ਪਰਸੈਂਟ ਸ਼ੂਗਰ ਪਾਕਿਸਤਾਨ ਕਿਉਂ ਘੱਟ ਗਿਆ। ਜੀ ਹਾਂ, ਇਹ ਟਮਾਟਰ ਹੈ, ਬਿਲਕੁਲ ਆ ਟਮਾਟਰ ਖਾਂਦੇ, ਟਮਾਟਰ ਗੁੱਪੀ ਜਾਂਦੇ ਪੈਣ, ਸਹੀ ਟਮਾਟਰ ਬਹੁ ਖਾਂਦੇ ਪੈਣ, ਰਾਧਾ ਵੀ ਬਹੁ ਪਏ, ਟਮਾਟਰ ਤੇ ਉਹੋ ਹੈ ਜੀ। ਹੁਣ ਇਹ ਅਸਾਂ 5000 ਬੂਟਾ ਲੱਗੇ ਰਾਈ ਗਣੇ ਕੰਮ ਹੋ ਗਿਆ, 5000 ਮਣ ਟਮਾਟਰ, ਬਿਲਕੁਲ ਹੈ, ਬਲ ਸਹੀ ਗੱਲ ਹੈ, ਬਲ ਕਿਆ ਬਾਤ ਹੈ, ਪਿੱਛੇ ਬਲ ਪਿੱਛੇ ਬਲ 5 ਲੱਖ ਏਕੜ ਕਿਉਂ ਨਾ ਆਵੇ ਸਰ ਜੀ, ਐਸੀ ਬਾਗਾਤ ਸਮੇਤ 5 ਲੱਖ ਏਕੜਾਂ ਦੇ ਇਨਸ਼ਾ ਅੱਲਾਹ, ਅੱਲਾਹ ਦੇ ਹੁਕਮ ਨਾਲ ਦੇਖੋ ਮੱਛੀ ਦੇ ਪੈਸੇ ਕਮਾਉਣੇ ਜੀ, ਅਸੀਂ ਇਹ ਫਿਸ਼ ਫਾਰਮ ਹੀ ਇਹਦੇ ਵਿੱਚ ਮੱਛੀ ਵੀ ਖੜੀ ਹੈ, ਮੱਛੀ ਖਾਂਦੇ ਵੀ ਹਨ, ਵਿਚੇਂਦੇ ਵੀ ਹਨ ਜੀ, ਉਹਦੇ ਪੈਸੇ ਆਉਂਦੇ ਜੀ, ਮਤਲਬ ਇਹ 3-in-1 ਹੈ, ਐਸੀ ਬਾਗਾਤ ਵੀ ਹਨ, ਮੱਛੀ ਵੀ ਹੈ, ਨਾਲ ਸਬਜ਼ੀ ਵੀ ਹੈ, ਸਬਜ਼ੀ ਵੀ ਹੈ, ਇਹ 3-in-1 ਤੁਸੀਂ ਕਰੋ ਜੀ, ਹਿੱਕੀ ਜਹਾ ਤੇ ਤ੍ਰੈ ਕਾਰੋਬਾਰ ਥੀਨੇ ਪਰ ਸਹੀ ਕਰੋ, ਅਸ ਕਿਆ ਬਲ ਕਿਉਂ ਨਹੀਂ ਸੀਦੀ, ਹਰ ਕਰੋ ਸਹੀ, ਆਖੋ ਇਵੇਂ ਦੇਖੋ ਨਾ, ਅੰਬ ਇੱਕ ਪੁੱਤਰ ਦੇ ਮਾਨ ਦੇ ਜੀ, ਪੁੱਤਰ ਦੀ ਮਾਨ ਬਿਲਕੁਲ ਹੀ, ਮੈਂ ਜਿਹੜੇ ਤੁਹਾਡੇ ਮੈਂ ਤੇ ਇਵੇਂ ਆਦਾ 95% ਬੰਦੇ ਕੋ ਆਪਣੇ ਪੁੱਤਰਾਂ ਦੇ ਨਾਂ ਯਾਦ ਕਹਿਣਾ ਹੋ ਸਰ, ਸਹੀ ਗੱਲ, ਅੰਬੇ ਦਾ ਯਾਦ ਹੋ ਸਰ, ਅੰਬੇ ਦੀ ਕਿਸਮ ਦੇ ਨਾਂ ਯਾਦ ਯਾ, ਆ ਇਹ ਲਟੋਰ ਨੇ ਪੰਜ ਕਈ ਜ਼ਿੰਮੇਦਾਰ ਗਏ ਮੈਨੂੰ ਕਿਹੜਾ ਲਟੋਰ ਕਿਹੜਾ ਉਸ ਯਾਰ, ਮੈਂ ਪਤਾ ਕਰ ਮਾਲੀ ਕੋ ਮਾਲੀ ਜੀ, ਇਹ ਕਿਹੜਾ ਹੈ, ਪਤਾ ਕਹਿ ਨਹੀਂ, ਪਤਾ ਕਹਿ ਪਤਾ ਕਹਿ, ਮਾਲੀ ਸ਼ੋ ਦਾ ਪੂਸੀ ਖੜਾ ਜੇ ਦੇਖੀ ਤੇ ਦੇਖੀ ਪਿੱਛੇ ਸੰਧੜੀ ਕੋ ਲਟੋਰ ਬੜਾਈ ਖੜਾ ਸੀ, ਮਾਲੀ ਕਾ ਸੀ, ਠੀਕ ਠੀਕ ਹੈ, ਫਿੱਟ ਹੈ, ਇਹ ਬਸ ਇਨਸ਼ਾਅੱਲਾ ਆਪਣਾ ਜਿਹੜਾ ਵੈਰਾਈਟੀਆਂ ਨੂੰ ਉਹਨਾਂ ਕੋ ਵੀ ਯਾਦ ਕਰੋ, ਨੰਬਰਦਾਰ ਦੇ ਨਾਲ ਰਹੋ, ਸਾਰੇ ਨਾਲ ਲਾਓ, ਸਾਗੂ ਲਾਈਕ ਕੀਤਾ ਕਰੋ, ਸ਼ੇਅਰ ਵੀ ਕੀਤਾ ਕਰੋ, ਸਬਸਕ੍ਰਾਈਬ ਵੀ ਕੀਤਾ ਕਰੋ, ਪਾਕਿਸਤਾਨ ਦੇ ਨਾਲ ਜੀ, ਇਹ ਅਨਵਰ ਲਟੋਰ ਜਿਹੜਾ ਯਾਰਾਂ ਦੋਸਤਾਂ ਕੋ ਗਿਫਟ ਕਰਨ ਦੇਵੇ, ਹਰ ਪਾਸੇ ਗਿਫਟ ਥੀਂਦੇ ਖੜੇ, ਉਹ ਲਟੋਰ ਹੀ ਵੇ, ਸਾਈਜ਼ ਵੀ ਕੱਦ ਵੀ ਹੁੰਦੀ ਦੇਖੋ ਜੀ, ਹਾਲੀ ਉੱਤੋਂ ਤਰੋੜ ਸੱਟਿਆ ਨੇ, ਇਹ ਦੇਖੋ ਉੱਤੋਂ ਜਿਹੜੇ ਤੁਹਾਨੂੰ ਨਜ਼ਰ ਆਉਂਦੇ ਪਏ, ਹੁਣ ਛੱਗੂ ਫੇਰ ਕੱਢੀ ਖੜੇ ਸਾਈਡਾਂ ਕੋਲੋਂ ਬਾਹਰੋਂ ਰੱਖੇ ਉਹਨੇ ਤਲੇ ਤਲੇ, ਜਹਾਲਾਰ ਵਾਲੇ ਪਾਸੇ ਦੇਖੋ ਇਤਨਾ ਫਲ ਨੇ, 3 ਫੁੱਟ ਦਾ ਸਾਰਾ ਬੂਟਾ ਹੈ, ਹਰ ਕਹਿੰਦੇ ਥੀ ਸਕਦੇ ਸਰ, ਬਿਲਕੁਲ ਮਿਹਨਤ ਕਰੋ, ਟਮਾਟਰ ਜੀ ਹਾਂ, ਟਮਾਟਰ ਦੇ ਗੁੱਛੇ ਜੀ, ਸ਼ਾਹ ਸਾਹਿਬ ਦੀ ਖੁਰਾਕ ਅਸਲ ਹੀ ਆਈ ਵੇ ਜੀ ਹਾਂ, ਡੇਲੀ ਤਕਰੀਬਨ ਕਿਤਨਾ ਸ਼ਾਹ ਸਾਹਿਬ, 5 ਕਿਲੋ ਤਾਂ ਖਾਣੇ ਚਾਹੀਦੇ ਨੇ ਯਾਰ, 5 ਕਿਲੋ ਹੀ ਕਿ ਨਹੀਂ ਗੀ ਲੱਗੇ ਰਹੋ ਇਨਸ਼ਾਅੱਲਾ, ਟਮਾਟਰ ਹੀ ਮੈਨੂੰ ਆਦਨ ਕੇ ਸ਼ੂਗਰ ਵਾਸਤੇ, ਸ਼ਾਹ ਸਾਹਿਬ ਦੀ ਸ਼ੂਗਰ ਪਹਿਲੇ ਵਾਸਤੇ ਬਿਹਤਰੀਨ, ਪਹਿਲਾ ਇਲਾਜ ਟਮਾਟਰ ਖਾਣ ਖੜੇ, ਪਹਿਲਾ ਇਲਾਜ, ਇਹ ਦਫਾ ਟਮਾਟਰ ਕਿਉਂ ਮਹਿੰਗਾ ਥੇ ਜੀ, ਜਿਹੜੇ ਇਹ ਸ਼ੂਗਰ ਹੀ ਖਾ ਦੇ, ਹਾਂ ਇਹ ਟਮਾਟਰ ਹੀ ਵਜਾ ਕਰਕੇ ਲੋਕੇ ਮੇਰਾ ਆਖਿਆ ਮੰਨ ਗਈ ਥੀ ਜੀ, ਮੰਨਿਆ ਬਹੁ ਨੇ, ਸ਼ਾਹ ਸਾਹਿਬ ਖਾਂਦੇ ਕਿਲੂ ਰੂ ਕਿਲੂ ਕੜਨ ਤੇ ਖਾਂਦੇ ਬਹੁ ਪੈਣ, ਨਾ ਹਕੀਕਤ ਹੈ, ਇਹਦੇ ਮਜ਼ਾਕ ਵਾਲੀ ਗੱਲ, ਨਾ ਨਾ ਸਰ ਮਜ਼ਾਕ ਵਾਲੀ ਗੱਲ, ਇਹ ਅਗਰ 400 ਰੁਪਏ ਕਿਲੋ 300 ਰੁਪਏ ਕਿਲੋ ਟਮਾਟਰ ਸੀ ਕਿਉਂ ਠੀਕ ਹੈ ਜੀ, ਅਸਾਂ ਜਿਹੜੇ 20 ਤਿੰਨ ਲੋਕ ਟਮਾਟਰ ਖਾਓ, ਉਹਨੇ ਟਮਾਟਰ ਦੇ ਲੋਕੇ ਸ਼ੂਗਰ ਲੈਂਦੇ ਵਾਲਾ ਤੋਂ, ਟਮਾਟਰ ਮਹਿੰਗਾ ਦਾ ਜ਼ਿੰਮੇਦਾਰ ਦਾ ਫਾਇਦਾ ਠੀਕ ਹੈ ਜੀ, ਤੇ ਉਹਨੇ ਦੀ ਸ਼ੂਗਰ ਖਤਮ ਠੀਕ ਹੈ, ਬਹੁਤ ਸਾਰਾ ਫਾਇਦਾ, ਰਿਸਰਚ ਕੀਤੇ ਨੇ, ਸਹੀ ਗੱਲ ਹੈ, ਰਿਸਰਚ ਥਈ ਹੈ, ਹੁਣ ਬਕਾਇਦਾ ਗੂਗਲ ਤੇ ਦੇਖੋ ਤਾਂ ਪਾਕਿਸਤਾਨੀ ਆਵਾਮ ਬਹੁਤ ਟਮਾਟਰ ਖਾ ਦੇਣ, ਸਹੀ ਗੱਲ, ਉਹਦੇ ਵਿੱਚ ਸ਼ੂਗਰ ਜਿਹੜੀ ਹੈ ਨਾ 10% ਸ਼ੂਗਰ ਘੱਟ ਡਾਊਨ ਠੀਕ ਹੈ, ਸਹੀ ਲੋਕਾਂ ਦੇ ਵਿੱਚ 10% ਲੋਕ ਸ਼ੂਗਰ ਘੱਟ ਠੀਕ ਹੈ, ਮਾਸ਼ਾਅੱਲਾ, ਇਹ ਗੂਗਲ ਦੀ ਰਿਸਰਚ, ਗੂਗਲ ਦੀ ਰਿਸਰਚ ਵੀ ਹੈ ਤੇ ਸਾਰਾ ਕੁਝ ਵੀ ਹੈ ਭਾਈ ਜਾਨ, ਤੁਸੀਂ ਅੱਸਾ ਕੋ ਅੱਲਾ ਸਾਈਂ ਤਰਫੋਂ
ਬਾਕੀ ਵੀ ਅਗਰ ਕਹੀਂ ਦੋਸਤ ਕੋਈ ਬਿਮਾਰੀ ਸ਼ਿਮਾਰੀ ਹੋਵੇ ਤਾਂ ਆਪਣਾ ਨੰਬਰਦਾਰ ਨੂੰ ਸ਼ੇਅਰ ਕਰਨ ਦਾ ਨਾ ਇੱਕ ਗੱਲ ਜ਼ਿਹਨ ਚ ਹੀ ਗੱਲ ਅਸਾਂ ਦੇ ਦਿੱਤੀ ਵਾਟ ਅ ਬਿਊਟੀ ਵਾਟ ਅ ਬਿਊਟੀਫੁਲ ਸਾਈਟ ਬਿਊਟੀਫੁਲ ਗ੍ਰੀਨਰੀ ਬਿਊਟੀਫੁਲ ਸੀਨਰੀ ਕੰਧਾਰੀ ਅਨਾਰ ਅਨਾਰ ਕੰਧਾਰੀ ਬਿਊਟੀਫੁਲ ਫਲਾਵਰਸ ਰੈਡ ਫਲਾਵਰਸ ਇੰਨਾ ਕੰਧਾਰੀ ਅਨਾਰ ਲਾਂਗ ਟ੍ਰੀ ਇਨ ਦਾ ਏਅਰ ਡਾਂਸਿੰਗ ਐਂਡ ਵਾਮਸਿੰਗ ਅਵੇ ਡਾਂਸਿੰਗ ਐਂਡ ਵਾਮਸਿੰਗ ਇਨ ਦਾ ਏਅਰ ਬਿਊਟੀਫੁਲ ਫਲਾਵਰਸ ਅਸਲਾਮ ਅਲੈਕੁਮ ਨੰਬਰਦਾਰ ਸਾਹਿਬ ਵਿਦ ਵਕਾਰ ਸ਼ਾਹ ਸਾਹਿਬ ਇਫਤਖਾਰ ਸਾਹਿਬ ਆਪਣਾ ਭਾਈ ਹੁਣੇ ਨੇ ਨਵਾਂ ਚੈਨਲ ਵੀ ਬਣਾਇਆ ਤਾਂ ਇਹਨਾਂ ਕੋ ਪ੍ਰਮੋਟ ਵੀ ਕਰਨੇ ਵੇ ਇਨਸ਼ਾਅੱਲਾ ਨੰਬਰਦਾਰ ਦੇ ਬੇਟੇ ਨੇ ਅਤੇ ਇਨਸ਼ਾਅੱਲਾ ਸਾਰੇ ਨਾਲ ਵੀ ਰਾਸ ਹੋ ਤਾਂ ਸ਼ਾਹ ਸਾਹਿਬ ਨੂੰ ਥੋੜ੍ਹਾ ਜਗਤ ਰਾਸ ਹੋ ਸਾਰੇ ਅਸਲਾਮ ਅਲੈਕੁਮ ਦੋਸਤੋ ਇੱਕ ਵਾਰੀ ਵਲਾ ਨੰਬਰਦਾਰ ਸਾਹਿਬ ਦੇ ਇਕੱਠੇ ਹੈ ਅਤੇ ਉਹਨਾਂ ਦਾ ਬਾਗ ਅਲਹਮਦੁਲਿਲਾ ਇਤਨਾ ਜ਼ਬਰਦਸਤ ਕਿਸਮ ਦਾ ਫਲ ਚ ਹੀ ਪਿਆ ਕਿ ਅਸਾਂ ਹੈਰਾਨ ਥੀ ਵੈਂਦੇ ਹਾਂ ਇੱਥੇ ਜਿਹੜਾ ਵੀ ਆਉਂਦੇ ਹੈਰਾਨ ਥੀ ਵੈਂਦੇ ਸ਼ਸ਼ਦਰ ਰਹਿ ਵੈਂਦੇ ਤੇ ਸ਼ਾਹ ਸਾਹਿਬ ਇਤਨਾ ਫਲ ਹੈ ਇੱਕ ਬੂਟੇ ਤੇ ਇਹ ਛੋਟਾ ਬੂਟਾ ਹੈ ਇਤਨਾ ਵੱਡਾ ਬੂਟਾ ਕਹਿ ਲਈ ਲੇਕਿਨ ਇਹਨੂੰ ਤੇ ਫਲ ਦੇਖੋ ਇਤਨਾ ਜ਼ਿਆਦਾ ਤਾਦਾਦ ਹੈ ਸਾਰਾ ਸਵਾਲ ਇਹ ਹੈ ਕਿ ਇਹਦੇ ਲੜੇ ਟੁੱਟਣ ਦੇ ਚਾਂਸਿਸ ਨਾ ਬਣ ਸਕ ਨਾ ਸੀ ਇਹ ਕੁਦਰਤੀ ਇੱਕ ਅਮਲ ਹੈ ਜੀ ਹਾਂ ਇਹਦਾ 90% ਫਲ ਹੈ 10% ਫਲ ਇਹ ਠਾਇਓ ਅੱਛਾ 10% ਫਰੂਟ ਖੱਜੀ ਬੇਰੇ ਸ਼ਤੂਤ ਸੇਬ ਇਹ ਕੁਦਰਤੀ ਅਮਲ ਹੈ ਪਹਿਲੇ ਬਿਲਕੁਲ ਫਲ ਜ਼ਿਆਦਾ ਦਿੰਦੇ ਅੱਲਾ ਸਾਈਂ ਪਰ ਇਹਦੇ ਵਿੱਚ ਜਿਹੜੇ ਹਲਕੇ ਦਾਣੇ ਨੇ ਆਹਿਸਤਾ ਗਿਰਦਣਾ ਬਾਅਦ ਵਿੱਚ 10 ਚੋਂ 9 ਦਾਣੇ ਠਹਿ ਵੈਂਦੇ ਅੱਛਾ ਇੱਕ ਦਾਣਾ ਬਚਦੇ ਇੱਕ ਦਾਣਾ ਬਚਦੇ ਸਹੀ ਅੱਛਾ ਇਹ ਪਾਸੇ ਲਿਖ ਵੈਂਦੇ ਕਾਸੇ ਬੋਲ ਇਤਨਾ ਮਾਸ਼ਾਅੱਲਾ ਬਿਹਤਰੀਨ ਕਿਸਮ ਦੇ ਅੰਬ ਦੇ ਠਹਿ ਖੜਨ ਮੈਂ ਕੁਝ ਚਾਂਸਿਸ ਨਹੀਂ ਲੱਗਦੇ ਕਿ ਇਹ ਠਹਿ ਵੈਂਦੇ ਦੇਖੋ ਇੰਨੇ ਚੋਂ ਕਿਤਨਾ ਡਾਸ ਹਨ ਇੰਨੇ ਚੋਂ ਇੱਕ ਨੂੰ ਬਚਸਨ ਇੰਨੇ ਚੋਂ 4 ਦਾਣੇ ਤਕਰੀਬਨ ਬਚਸਨ ਅੱਛਾ 3-4 ਦਾਣੇ ਬਚਸਨ ਹਾਂ ਬਾਕੀ ਮਾਸ਼ਾਅੱਲਾ ਲਿਖ ਵੈਂਦੇ ਪੈ ਤੋ ਕਿਤਨਾ ਜ਼ਬਰਦਸਤ ਕਿਸਮ ਦਾ ਫਲ ਹੈ ਅੱਲਾ ਇੱਕ ਕਾਇਮ ਦਾਇਮ ਰੱਖੇ ਅੱਲਾ ਹਰ ਬੰਦੇ ਦੇ ਨਸੀਬ ਕਰੇ ਬਹੁਤ ਸੋਹਣਾ ਫਲ ਹੈ ਅਗਲੇ ਪਾਸੇ ਲਿਖ ਵੈਂਦੇ ਇਹ ਪਾਸੇ ਆ ਵਜੋ ਇਤਨਾ ਜ਼ਬਰਦਸਤ ਕਿਸਮ ਦਾ ਫਲ ਹੈ ਅਲਹਮਦੁਲਿਲਾ ਬਹੁਤ ਹੀ ਅੱਛਾ ਜੀ ਹਾਂ ਮੋਤੀ ਵਾਲੀ ਕਾਰ ਤੇ ਇੱਥੇ ਹੀ ਖੜ ਕੇ ਥੋੜਾ ਜਿਹਾ ਹੁਣ ਖੜਨੀ ਤਾਂ ਇਹ ਇੱਕ ਅੰਬਲੀ ਜਾਂ ਦੋ ਅੰਬਲੀਆਂ ਹਰ ਸ਼ਾਖ ਤੇ ਨਹੀਂ ਨਹੀਂ ਇੱਕ ਦੋ ਅੰਬਲੀਆਂ ਨਹੀਂ ਅੱਛਾ ਮੈਂ ਤਾਂ ਕੋਲੇ 6-9 ਢਾਸ ਇਹ ਅੰਬਲੀਆਂ ਤਕਰੀਬਨ 50 ਅੰਬਲੀ ਹਾਂ 50 ਅੰਬਲੀ 5 ਅੰਬਲੀਆਂ ਖੜਦੇ 5 ਅੰਬਲੀਆਂ ਤਾਂ ਲਾਜ਼ਮੀ ਖੜ ਸਕਦੇ ਅੱਛਾ ਅੱਛਾ ਸੋਰੀ ਮੈਂ ਸਮਝੀ ਪਿਆ ਸ਼ਾਇਦ ਇੱਕ ਫਲਾਵਰ ਤੇ ਇੱਕ ਅੰਬਲੀ ਖੜ ਸੀ 50 ਅੰਬਲੀ 100 ਅੰਬਲੀ ਲੱਗੜੀ ਜੀ ਅਜਾ ਲੱਗੀ ਖੜੀ ਸੱਚ ਇਤਨਾ ਜ਼ਿਆਦਾ ਫਲ ਅੱਲਾਹ ਤਾਲਾ ਨੇ ਲਾ ਦਿੱਤੇ ਮੈਂ ਕੋ ਤਾਂ ਖਤਰਾ ਕਿ ਗੁਟੇ ਕਰੇ ਬਣਾ ਪਸ ਇਹਨਾਂ ਟੇਕਾ ਸਾਰੇ ਨਾ ਪੈਣ ਤੇ ਅਵੇਲੇਬਲ ਹਨ ਅਸਾਂ ਟੇਕਾ ਨਾਲ ਇਕੱਠਾ ਪਹਿਲੇ ਕਰਕੇ ਰੱਖ ਦਿੰਦੇ ਹਾਂ ਅੱਛਾ ਤਾਂ ਕਿ ਸਭ ਕੋ ਉਹ ਵੇਲੇ ਟਾਈਮ ਵੇਲੇ ਨਾ ਬੋਲਣਾ ਨਾ ਪਵਨ ਬੋਲਣਾ ਨਾ ਪਵਨ ਸਹੀ ਹੈ
ਇੱਕ ਬੰਦੇ ਇੱਕ ਮਿਸਾਲ ਮਸ਼ਹੂਰ ਹੈ ਸਹੀ, ਇੱਕ ਬੰਦੇ ਆਪਣਾ ਇਹ ਇੰਟਰਵਿਊ ਗਿਣਨ ਲੱਗਾ, ਬੇਲੀ ਖਿਲਾਵਣ ਲੱਗਾ, ਬੇਲੀ ਖਿਲਾਵਣ ਲੱਗਾ। ਊਂ ਆਖਿਆ ਅਖੀਰ ਉਹਨੂੰ ਕੋਈ ਬੇਲੀ ਪਸੰਦ ਨਾ, ਊਂ ਆਖਿਆ ਅੱਜ ਜਿਹੜਾ ਬੇਲੀ ਆ ਸੀ ਮੈਂ ਖੜਾ ਸੀ, ਜੇ ਜਾ ਸੀ ਇੰਟਰਵਿਊ ਦੇ ਕੋਲ ਕਿਤੇ, ਊਂ ਆਖੇ ਜਿਹੜੇ ਵੇਲੇ, ਹਾਂ ਬਾਈ ਤੂੰ ਮੈਨੂੰ ਲੱਗਿਆ, ਊਂ ਆਖੇ ਜਿਹੜੇ ਵੇਲੇ ਤੂਫਾਨ ਆ ਸੀ, ਅੰਧਾਰੀ ਆ ਸੀ, ਊਂ ਵੇਲੇ ਮੈਂ ਸੁੱਤਾ ਗਿਆ ਉਸ। ਅੱਛਾ, ਸਾਹਮਣੇ ਸਾ ਬੇਲੀ ਆਖੇ? ਬੇਲੀ ਆ, ਊਂ ਵੇਲੇ ਮੈਂ ਸੁੱਤਾ ਉਸ। ਠੀਕ ਹੈ। ਊਂ ਆਖੇ ਯਾਰ ਮੈਂ ਇੱਕ ਅਹਿਦ ਕਰ ਖੜਾ, ਤੂੰ ਜੇ ਜਾਏ ਗੰਦਾ ਹੈ ਭਾਵੇਂ ਚੰਗਾ ਹੈ ਖਾ। ਠੀਕ ਹੈ। ਉਹ ਕੁਦਰਤੀ ਤੂਫਾਨ ਆਇਆ, ਕੁਝ ਕਿਸਾਨ ਦੀ ਰੜ ਪਈ ਹੈ ਸਾਰੀ, ਬੜਾ ਜ਼ੋਰਦਾਰ ਬਾਰਿਸ਼, ਉਹ ਯਾਰ ਡੰਗਰ ਖੜੇ ਉਹਨੂੰ ਦੇ ਬੱਦੇ ਛਿੱਦੇ ਹੋਏ, ਉਹ ਆਖੀ ਪਤਾ ਨਹੀਂ ਬੇਲੀ ਕਦੇ ਕਹਿੰਦੇ, ਉਹ ਆਖਦੇ ਬੇਲੀ ਆਰਾਮ ਨਾਲ ਖਰਾੜੇ ਮਰੇ ਨਾ ਪਏ, ਹਰ ਸ਼ਾਇਦ ਸੰਭਲੀ ਖੜੀ ਹੈ, ਸੰਭਲੀ ਖੜੀ ਹੈ। ਮਕਸਦ ਇਹ ਉਹ ਬੇਲੀ ਕੰਮ ਕੋਲੋਂ ਪਹਿਲੇ, ਤੂਫਾਨ ਆਉਣ ਕੋਲੋਂ ਪਹਿਲੇ, ਟਾਈਮ ਕੋਲੋਂ ਪਹਿਲੇ, ਟਾਈਮ ਆਉਣ ਪਹਿਲੇ, ਉਹ ਅਸਾਂ ਵੀ ਟੇਕਾਂ ਹਰ ਸ਼ਾਇਦ ਮੁਕੰਮਲ ਕਰ ਰੱਖੀ ਹੀ ਗਾਲੂ ਕਿ ਟਾਈਮ ਆਉਣ ਵਕਤ ਆਉਂਦਾ ਕੋਈ ਪਤਾ ਕਰ ਨਹੀਂ, ਜੇ ਹੁਣ ਤੂਫਾਨ ਬਣਦੇ ਖੜੇ ਜੀ ਆ, ਸਾਰੇ ਟੇਕਾਂ ਹਰ ਸ਼ੈ ਤਿਆਰ ਅੱਗੋਂ, ਛੋਟੇ ਬੂਟੇ ਖੜੇ ਇਹ ਵੀ ਦਿਖਦੇ ਸਹੀ, ਇਹ ਨਾਲ ਖੜੇ ਤੇ ਸ਼ਾਨ ਖੁਦਾ ਦਾ, ਕਿਆ ਬਾਤ ਹੈ ਮਾਸ਼ਾ ਅੱਲਾਹ, ਅੱਲਾਹ ਦੀ ਕੁਦਰਤ ਨਜ਼ਰ ਆਉਂਦੀ ਹੈ ਦੋਸਤੋ, ਇਹ ਨਜ਼ਰ ਆਉਂਦਾ ਪਿਆ ਸੀ ਤੁਹਾਕੋ। ਇਤਨਾ ਫਲ ਮੈਂ ਯਾਰ ਤਕਰੀਬਨ 42 ਸਾਲ ਦੇ ਥੀ ਗਏ ਸ਼ਾਹ ਸਾਹਿਬ, ਅਲਹਮਦੁਲਿਲਾ ਇਤਨਾ ਜ਼ਿਆਦਾ ਫਲ, ਗਰੋਥ ਦੇਖੋ, ਵੱਲ ਸਫਾਈ ਦੇਖੋ, ਕਹੀਂ ਗੰਦਾ ਬੂਰਾ ਕਿਥਾਈ ਹੈ, ਕਿਥਾਈ ਕਰੀ ਲੋਗ ਹਾਲੀ ਕਟੇ ਨਾ ਵਦੇ, ਉਹ ਗੁਲਾਮ ਕਟਵਾ, ਦਰਾਸ ਕਟਵਾ ਸਟੋ। ਅੱਛਾ, ਲਸ਼ ਗਰੀਨ ਅੰਬ ਖੜਨ, ਛੋਟੇ ਅੰਬ ਜਿਹੜੇ ਖੜਨ ਲਸ਼ ਗਰੀਨ ਖੜਨ, ਅਲਹਮਦੁਲਿਲਾ। ਇੱਕ ਬੰਦਾ ਵੀ ਆ ਕੇ ਮੈਂ ਸਪਰੇਅ ਕਰਨਾ ਪਿਆ, ਮੈਂ ਕਿਹਾ ਵਾਹ ਤੇਰੇ, ਕੀ ਬਾਤ ਹੈ, ਕੀ ਪਹਿਲੀ ਸਪਰੇਅ ਹੁਣ ਕਰਨਾ ਪਿਆ। ਇੱਕ ਬੰਦਾ ਮੇਰੇ ਬਾਹ ਕੁੱਤੀ ਲੱਗ ਗਈ, ਕੀ ਕਰਨੇ, ਮੈਂ ਹੁਣ ਕਪਵਾ ਸਟ, ਕੁੱਤੇ ਛੋੜ ਦੇ, ਕੁੱਤੀ ਲੱਗ ਗਈ, ਕੁੱਤੇ ਛੋੜ ਦੇ, ਓਏ ਮੇਰਾ ਅੱਲਾ। ਮਿੱਟੀ ਸਾਰੀ ਬਣਦੀ ਪਈ ਏ, ਇਹ ਅਗਰ ਹਰ ਸ਼ਹਿਰ ਮਿਹਨਤ ਕਰਨਾ, ਹਰ ਸ਼ਹਿਰ ਮਿਹਨਤ ਛੋਟੀ, ਇਹ 50 ਲੱਖ ਰੁਪਇਆ ਪਰ ਏਕੜ ਆਰਾਮ ਨਾਲ ਕੱਪਣਾ, ਇਹ ਟਮਾਟਰ ਨੇ, ਇਹ ਅੰਬ ਦੀ ਰਾਦੀ ਖੜੀ ਹੈ, ਆਪਣਾ ਨਰਸਰੀ ਰਾਦੀ ਖੜੀ ਹੈ, ਸਾਰੀ ਮੇਨਟੇਨ ਕਰੂੰ, ਜਾਂ ਟਮਾਟਰ ਮੇਨਟੇਨ ਕਰੂੰ, ਜਾਂ ਆਮ ਦਾ ਪੱਤਰਾ ਜਿਵੇਂ ਸਾਰੀ ਮਿੱਟੀ ਮਰਦੀ ਪਈ ਹੈ, 3500-4000 ਦਾ ਡੰਪਰ ਹੈ, ਇੱਕ ਡੰਪਰ ਸਾਰਾ ਰੋਜ਼ ਦਾ ਮਿੱਟੀ ਦਾ ਉਹ ਇਕੱਠਾ ਥੀ ਪੈਣਾ, ਇਵੇਂ ਇਕੱਠਾ ਕਰੂੰ ਜਾਂ 50 ਲੱਖ ਰੁਪਏ ਪਰ ਏਕੜ ਕਮਾਉਂਦੇ ਖੜੇ, ਕਮਾਉਂਦੇ ਖੜੇ, ਬਿਲਕੁਲ ਆਰਾਮ ਦੇ ਥੋੜੇ, ਸਹੀ ਗੱਲ, ਪਰਲੇ ਪਾਸੇ ਵੀ ਰਿਕਵੈਸਟ ਹੋ ਜਾ, ਸਹੀ ਨਹੀਂ ਇਹ ਤੋੜੋ ਤੋੜੀ ਤਾਂ ਵੀ ਨਜ਼ਾਰਾ ਰਿਕਵੈਸਟ, ਇਹ ਐਸਟੀਐਸ ਸਿਸਟਮ ਡਿਡੇ ਪਈ ਕੋ, ਐਸਟੀਐਸ ਕੋ ਕਿਤਨਾ ਸੋਹਣਾ ਹੈ ਸੇ, ਦੇਖੋ ਹਰ ਪਾਸੋ, ਦੇਖੋ ਗੋਲ ਗੋਲ ਕਿਵੇਂ ਗੋਲ ਗੋਲ ਜੀ ਆ, ਔਰ ਬਾਦਲਨ ਕਲਾਉਡੀ ਡੇ ਬਣਾ ਖੜੇ ਅੱਜ, ਬੜਾ ਠੰਡਾ ਤੇ ਜ਼ਬਰਦਸਤ ਕਿਸਮ ਦਾ ਡੇ ਬਣਿਆ ਖੜੇ, ਐਸਟੀਐਸ ਤੇ ਇੱਥਾਂ ਵੀ ਆ ਵੰਜਣਾ ਸੀ, ਇਹ ਕਿਹੜਾ ਬੂਟਾ ਹੈ ਸੀ, ਅਨਵਰ ਲਟੋਰ ਤੇ ਵੀ ਦੇਖੋ ਜਾ, ਇਹ ਨਹੀਂ ਕਿ ਸਿਰਫ ਆਪਣਾ ਸ਼ਾਨ ਖੁਦਾ ਤੇ ਜਾਂ ਸੋਹਣਾ ਫਲ ਲੱਗਾ ਖੜੇ, ਅਨਵਰ ਲਟੋਰ ਤੇ ਵੀ ਸੋਹਣਾ ਫਲ ਲੱਗਣਾ, ਹਾਈਟ ਕਿਸੇ ਕਹਿ ਨਹੀਂ, ਦੇਖੋ ਬਿਲਕੁਲ ਛੋਟੇ ਬੂਟੇ, ਲੇਕਿਨ ਅੱਲਾਹ ਤਾਲਾ ਨੇ ਇਤਨਾ ਜ਼ਬਰਦਸਤ ਕਿਸਮ ਦਾ ਫਲ ਲਿਆ, ਇਹ ਸਭ ਮਿਹਨਤ ਹੈ, ਰੰਗ ਮੇਰਾ ਅੱਲਾਹ ਲੈਂਦੇ ਹੈ ਸ਼ਾਹ ਸਾਹਿਬ, ਬਿਲਕੁਲ ਰੰਗ ਮੇਰਾ ਅੱਲਾਹ ਲੈਂਦੇ, ਲੇਕਿਨ ਇਹ ਮਿਹਨਤ ਹੁੰਦੀਆਂ, ਮਿਹਨਤ ਨਾ ਹੋ ਸੀ ਤੇ ਵੱਲ ਪਿੱਛੇ ਕਿਸੇ ਕਹਿਣਾ ਪੜ ਸੀ, ਇਹ ਕੋਈ ਨਾ ਮਿਹਨਤ ਆਪਣਾ ਇੱਕ ਪੱਠੇ ਵਾਲਾ ਮਜ਼ਦੂਰ ਹੀ ਢੇਰ ਕਰੇਂਦੇ ਜੀ, ਮਿਹਨਤ ਤੇ ਨਹੀਂ ਹੁੰਦੀ, ਮਿਹਨਤ ਦੇ ਨਾਲ ਨਾਲ ਆਪਣਾ ਦਿਮਾਗ ਲਾਉਣਾ ਪੜੋ, ਮੈਂ ਕੰਮ ਕਿਵੇਂ ਕਰਾਂ, ਕਿਵੇਂ ਕੰਮ ਕਰਵਾਵਾਂ, ਇਹ ਸਾਰਾ ਮੇਨਟੇਨ ਕਿਵੇਂ ਕਰਾਂ, ਸਹੀ ਖਾਲੀ ਮਿਹਨਤ ਬੱਠੇ ਵਾਲਾ ਥਪੇਰਾ ਵੀ ਢੇਰ ਕਰਦੇ ਸਾਡੇ ਕੋਲੋਂ ਜੀ, ਬਿਲਕੁਲ, ਅਗਰ ਮਿਹਨਤ ਤੇ ਵੀ ਇਹ ਗੱਲ ਸ਼ਾਹ ਸਾਹਿਬ ਦੀ ਠੀਕ ਹੈ, ਅਗਰ ਮਿਹਨਤ ਤੇ ਵੀ ਇਹ ਮਤਲਬ ਅਰਨਿੰਗ ਥੀ ਵਿਆ ਤਵਲ ਪਿੱਛੇ ਸਭ ਤੋਂ ਜ਼ਿਆਦਾ ਮਿਹਨਤ ਇੱਕ ਜਲਈਆ ਕਰਦੇ ਪੱਠੇ ਦੇ ਉੱਤੇ, ਪੱਠੇ ਦੇ ਉੱਤੇ ਕਰਦੇ, ਇਹ ਆ ਇੱਕ ਦਿਹਾੜੀਦਾਰ ਕਰਦੇ, ਸਭ ਘੰਟਾ ਧੁੱਪ ਤੇ ਖੜਾਉਣ, ਛਿੱਲਾਂ ਚਾਵਣ ਸਭ ਚੱਲ ਜਾਂਦਾ, ਚੱਲ ਜਾ, ਲੇਕਿਨ ਅਲਹਮਦੁਲਿਲਾ ਇੱਕ ਅਕਲ ਦਾ ਵੀ ਇਸਤੇਮਾਲ ਕਰਨੇ, ਅਸਾਂ ਅਕਲ ਦਾ ਇਸਤੇਮਾਲ ਕਰਨੇ, ਇੱਕ ਸਿਸਟਮ ਗਣ ਸਿਸਟਮ ਬਣਾਉਣੇ ਜੀ, ਬਿਜ਼ਨਸ ਕਰਨੇ,
ਅਸਲ ਡਾਇਰੈਕਸ਼ਨ ਉਹਨਾਂ ਦੀ ਸਹੀ ਕਹਿ ਸਰ ਉਹ ਦਿਹਾੜੀ ਤੇ ਖੜੇ ਉਹਨਾਂ ਕੋਲ ਚਾਹੀਦੇ ਸਿਰਫ 500-700 ਰੁਪਇਆ ਡੇਲੀ ਸਾਕੂ ਜਿਹੜੇ ਬਿਜ਼ਨਸਮੈਨ ਹਨ ਜਾਂ ਜਿਤਨਾ ਵੀ ਕਾਰੋਬਾਰੀ ਲੋਕ ਹਨ ਉਹਨਾਂ ਕੋਲ ਤਾਂ ਚਾਹੀਦੇ 5-7 ਲੱਖ ਰੁਪਇਆ ਡੇਲੀ ਦੇਖੋ ਨਾ ਇਹ ਜਿਹੜਾ ਏਵੀਆ ਨਾਲ ਸਰਦੀ ਖੜੇ ਇਹ ਤੇ ਅਸਾਂ ਪੋਜ਼ਿਟਿਵ ਸੋਚ ਹੈ ਇਨਸਾਨੀਅਤ ਦਾ ਫਾਇਦਾ ਥੀ ਜੀ ਹਾਂ ਬਿਲਕੁਲ ਇਨਸਾਨੀਅਤ ਦਾ ਫਾਇਦਾ ਇਹਦੇ ਵਿੱਚ ਆਕਸੀਜਨ ਇਨਸਾਨੀਅਤ ਨੂੰ ਮਿਲੇ ਇਹ ਵੱਧਦੀ ਵੱਧਦੀ ਪਈ ਵੱਧਦੀ ਵੱਧਦੀ ਪਈ ਘਟਦੀ ਨਹੀਂ ਪਈ ਸਹੀ ਗੱਲ ਬਈ ਤੁਸੀਂ ਫੈਕਟਰੀ ਲੈ ਸੋ ਕੋਈ ਸ਼ਾ ਲੈ ਸੋ ਉੱਥੇ ਜ਼ਰੂਰ ਤੁਹਾਨੂੰ ਟੈਨਸ਼ਨ ਪਰੇਸ਼ਾਨੀ ਹੋ ਸੀ ਇਹਦੇ ਵਿੱਚ ਤੁਹਾਡਾ ਦਿਮਾਗ ਵੱਧ ਸੀ ਸਹੀ ਗੱਲ ਇਹਦੇ ਵਿੱਚ ਤੁਸੀਂ ਅਗਰ 60 ਸਾਲ ਦੇ ਵੇ ਤਾਂ ਇੱਥੇ ਵਧੇ ਤੁਹਾਨੂੰ 30 ਸਾਲ ਦੇ ਰਹੇ 30 ਸਾਲ ਅਗਰ ਫੈਕਟਰੀ 'ਚ ਵੈਸੋ ਜੇ ਜਿਹੜੀ ਫੈਕਟਰੀ ਹੋਵੇ ਜਿਵੇਂ ਮਤਲਬ ਸ਼ੇਖ ਮੂਵੀਜ਼ ਦੀ ਵੱਡੀ ਕਾਰਟੂਨ ਫੈਕਟਰੀ ਹੋਈ ਮੇਲੇ ਇਸ ਪਾਸੇ ਆਓ ਥੋੜ੍ਹਾ ਉਹ ਹਰ ਸ਼ਹਿਰ ਰੋਕੀ ਹੋਈ ਹੈ ਸਹੀ ਗੱਲ ਅੱਛਾ ਇਹ ਜਿਹੜੀ ਸ਼ਹਿਰ ਅਲੱਗ ਹੈ ਇਹ ਜਿਹੜੀ ਕਾਸੇ ਤੁਹਾਡੀ ਗੱਲ ਕੋਈ ਚੀਜ਼ ਮੈਂ ਕੱਟੇ ਨਾ ਪੈਸਾ ਬਾਕੀ ਤਾਂ ਸਹੀ ਆ ਇੱਥੇ ਕਿ ਇਹ ਤੱਲੇ ਲਿਖੇ ਸੋ ਥੋੜ੍ਹਾ ਜਿਹਾ ਕਿ ਇਹਨੇ ਤੋਂ ਜਿਹੜੇ ਕਮਜ਼ੋਰ ਅੰਬ ਹਨ ਕਮਜ਼ੋਰ ਅੰਬ ਲਿਆ ਇਹ ਵਾਕਿਆ ਡਾਵਣ ਸ਼ੁਰੂ ਥੀ ਗਨ ਇਹਨਾਂ ਤੋਂ ਖੜਸੇ ਨੂੰ ਹੋਏ ਜਿਹੜੇ ਤਾਕਤਵਰ ਅਤੇ ਸੋਹਣੇ ਜਿਹਨਾਂ ਦੇ ਸਿਹਤ ਹੋ ਸੀ ਜਿਹੜੇ ਜ਼ਬਰਦਸਤ ਕਿਸਮ ਦੇ ਹੋ ਸਨ ਜਾਂ ਜਿਹਨੇ ਕੋਲ ਅੱਲਾਹ ਤਾਲਾ ਚਾਹ ਸੀ ਉਹ ਹੀ ਖੜਨ ਤਾਂ ਅੱਲਾਹ ਤਾਲਾ ਦਾ ਸਭ ਦਸਾ ਤੇ ਜੀ ਹਾਂ ਕਿਵੇਂ ਕਰਾਉਣੇ ਕਿਵੇਂ ਖੜਾਉਣੇ ਮਤਲਬ ਰੇੜੀ ਤੇ ਫਲ ਰੇੜੀ ਤੇ ਜੀ ਹਾਂ ਮੇਨਟੇਨ ਤੁਸੀਂ ਕਰਨਾ ਸਹੀ ਗੱਲ ਹੈ ਬਿਲਕੁਲ ਅਗਰ ਟਾਈਮ ਤੇ ਸਪਰੇ ਨਾ ਥੀ ਵਿਆ ਹਾਂ ਤੇ ਉਹ ਅਗਰ ਟਾਈਮ ਤੇ ਸਪਰੇ ਨਾ ਕਰੋ ਟਾਈਮ ਤੇ ਪਾਣੀ ਨਾ ਦਿਓ ਹੁਣ ਰੋਗ ਰੜ ਰਾਈ ਪਏ ਗਰੋਥ ਅਗਰ ਇੱਕ ਦੁਹਾਰ ਆਪ ਕੋਈ ਇੱਕ ਘੰਟਾ ਤਰਸ ਰੱਖੋ ਪਿੱਛੇ ਡੀਹਾਈਡਰੇਸ਼ਨ ਥੀ ਵੇਂਦੀ ਆ ਬੰਦਾ ਇਤਨਾ ਪਿੱਛੇ ਤਕਲੀਫ ਬਰਦਾਸ਼ਤ ਨਹੀਂ ਕਰ ਸਕਦਾ ਬਿਲਕੁਲ ਪਿਆਸਾ ਰਹੇ ਵੇਂਦੇ ਪਿਆਸ ਬੁਝਦੀ ਨਹੀਂ ਇਨਸ਼ਾਅੱਲਾ ਇਹਨਾਂ ਕੋਲ ਪਾਣੀ ਲਾਉਣ ਦਾ ਟਾਈਮ ਵੀ ਆ ਗਿਆ ਕਿਤਨੇ ਮਾਰਚ ਕੋਲ ਸਰ ਪਾਣੀ ਲਾਉਣਾ ਚਾਹੀਦਾ 5 ਮਾਰਚ 5 ਮਾਰਚ ਕੋਲ ਪਹਿਲਾ ਪਾਣੀ ਹੋਣ ਇਨਸ਼ਾਅੱਲਾ ਮੁਸਲਸਲ ਕੁਝ ਦੇਖੋ ਜਿਰਲੇ ਪਾਣੀ ਮੰਗਦੇ ਵਾਲਾ ਪਿੱਛੇ ਪਾਣੀ ਦੇਂਦੇ ਰਹਿਣ ਪਾਣੀ ਦੇਂਦੇ ਰਹਿਣ ਵਾਲ ਮੁਸਲਸਲ ਪਾਣੀ ਦੇਂਦੇ ਰਹਿਣ ਹਰ 8ਵੀਂ ਵਾਰ ਪਾਣੀ ਕੋ ਮਿਲਦਾ ਰਹਿਣਾ ਚਾਹੀਦਾ ਅੱਛਾ ਹਰ 8ਵੀਂ ਵਾਰ ਅਗਰ ਮਤਲਬ ਤੁਹਾਡੇ ਬਾਗਾਤ ਉੱਚੇ ਹਨ ਤਲੇ ਕੋਈ ਸੇਮ ਵਗੈਰਾ ਕਹਿ ਨਹੀਂ ਤਾਂ ਵੱਲ ਪਿੱਛੇ ਹਰ 8ਵੀਂ ਵਾਰ ਇਹਨਾਂ ਕੋਲ ਪਾਣੀ ਲਾਓ ਇਨਸ਼ਾਅੱਲਾ ਪਿੱਛੇ ਖੇਡ ਦੇ ਹਾਸਲ ਅਰਨਿੰਗ ਦਾ ਮੌਸਮ ਹੀ ਆ ਗਿਆ ਅੰਬੇ ਦਾ ਮੌਸਮ ਹੀ ਆ ਗਿਆ ਇਹ ਜੋ ਹੈ ਸੀ ਆਪਣਾ ਥੱਲੇ ਦਾ ਬਾਦਸ਼ਾਹ ਹੈ ਤਾਂ ਵਾਲੀ ਕੋ ਬਾਦਸ਼ਾਹ ਬਣਾ ਕੇ ਰੱਖੋ ਇਨਸ਼ਾਅੱਲਾ ਆਪਣੀ ਦੁਆਈਆਂ 'ਚ ਯਾਦ ਰੱਖੋ ਦੋਸਤੋ ਅਤੇ ਆਪਣਾ ਸ਼ਾਹ ਸਾਹਿਬ ਦੇ ਇਫਤਖਾਰ ਆਪਣੇ ਇਫਤਖਾਰ ਹੈ ਨਾ ਉਹਨਾਂ ਦਾ ਇਫਤਖਾਰ ਬਾਈ ਹੋਣੀ ਵੀ ਆਪਣਾ ਚੈਨਲ ਬਣਾਈ ਪੈਣ ਮੈਂ ਆਪ ਲਿੰਕ ਭੇਜੇ ਸਾਂ ਇਨਸ਼ਾਅੱਲਾ ਆਪਣੇ ਚੈਨਲ 'ਤੇ ਅਤੇ ਉਹਨਾਂ ਨੂੰ ਫੁੱਲ ਸਪੋਰਟ ਕਰਨੀ ਹੈ ਸਾਗੂ ਵੀ ਥੋੜ੍ਹੀ ਬਹੁਤ ਸਪੋਰਟ ਕਰਨੀ ਅਗਰ ਸਾਰੀ ਵੀਡੀਓ ਪਸੰਦ ਆਵੇ ਤਾਂ ਲਾਜ਼ਮੀ ਲਾਈਕ ਵੀ ਕਰੇ ਸੋ ਸ਼ੇਅਰ ਵੀ ਕਰੇ ਸੋ ਅਤੇ ਨੰਬਰਦਾਰ ਦੇ ਜੇ ਸੋਹਣੇ ਸੋਹਣੇ ਮਸ਼ਵਰੇ ਅਤੇ ਜੇ ਸੋਹਣੇ ਸੋਹਣੇ ਗਾਲੀ ਆਪਣੇ ਪੱਲੇ ਬੱਧੇ ਦੇ ਰਾਸੋ ਪਾਕਿਸਤਾਨ ਜ਼ਿੰਦਾਬਾਦ ਜੀ ਹਾਂ ਟਮਾਟਰ ਤਾਂ ਆਏ ਬਾਬਾ ਸਰ ਹੁਣ ਆ ਗਏ ਇਨਸ਼ਾਅੱਲਾ ਉਸਤਾਦ ਫਰੀਦ ਬਾਬਾ ਬੈਠੇ ਮਿਹਨਤ ਦਾ ਪਹਾੜ ਹੈ ਇਹਦੇ ਕੋਲ ਟਮਾਟਰ ਜਿਹੜਾ ਕਲਮਾ ਹਨ ਜਿਹੜਾ ਕਲਮਾ ਲੱਗਿਆ ਜਾਂ ਕਾਠਿਆ ਜਿਹੜਾ ਨਾ ਸੇ ਕਲਮਾ ਪੂਰਿਆ ਸਹੀ ਇਹ ਉਹ ਕਲਮਾ ਹੀ ਵੇ ਇਹ ਦੇਖੋ ਜਰਾ ਦੇ ਵਦਨ ਦੰਦਵਾਣ ਹਨ ਸਹੀ ਦੰਦਵਾਣ ਪੂਰੀ ਪੈਣ ਮੇਰੇ ਦੋਸਤ ਕਮੈਂਟਸ ਕੀਤੇ ਹਨ ਕਿ ਦੰਦਵਾਣ ਪੂਰੀ ਪੈਣ ਇਹ ਉਹ ਦੰਦਵਾਣ ਜੀ ਹਾਂ ਸ਼ਾਹ ਸਾਹਿਬ ਆਦੇ ਸ਼ੂਗਰ ਦੇ ਮਰੀਜ਼ ਜਿਹੜੇ ਨਾ ਸਾਰੇ ਗੁਲਾਮ ਅੰਡੂ ਚਾਰ ਦੀਵਾਰ ਇੱਥੇ ਹੀ ਫਿੱਟ ਨਾ ਥੀ ਵਜਨ ਗਾਹਲ ਕਰਾਏ ਇਹ ਟਮਾਟਰ ਖਵੇ ਸੂ ਸਿਰਫ ਟਮਾਟਰ ਹੀ ਟਮਾਟਰ ਰੋਟੀ ਚਟਣੀ ਸਭ ਸੇ ਟਮਾਟਰ ਦੀ
ਹੈ ਆ ਘਿਓ ਕਛੇ ਕਹਿਣਾ ਸੀ ਡੋਗੀ ਵਧੇ ਥਿਆ ਹੈ ਜੀ ਆਏ ਦਿਖਵਾਇਆ ਸੀ ਇਹ ਦੇਖੋ ਤਾਜ਼ੀ ਕਲਮ ਲੱਗੀ ਹੋਈ ਤੇ ਵੀ ਵਲਾ ਫਲ ਆਇਆ ਖੜਿਆ ਅਲਹਮਦੁਲਿਲਾ ਬੂਟੇ ਦੀ ਹਾਈਟ ਹੀ ਦੇਖੋ ਹੀ ਉਹ ਕੁਝ ਜਿਵੇਂ ਅਸਲਾਮ ਅਲੈਕੁਮ ਇਹ ਦੇਖੋ ਸੇਵਕਾਰ ਸ਼ਾਹ ਸਾਹਿਬ ਆਪਣੇ ਬਾਗ ਦੀ ਕਿਵੇਂ ਖਿਦਮਤ ਕਰਦੇ ਪੈਣ ਹਰ ਪਾਸੇ ਹੀ ਨੰਬਰਦਾਰ ਸਾਹਿਬ ਹੀ ਖੜੇ ਨੇ ਪਾਸੇ ਮਿਹਨਤਾਂ ਹੀ ਮਿਹਨਤਾਂ ਹਨ ਬਾਬਾ ਕਿਆ ਜੀ ਹਾਂ ਫਰੀਦ ਵੀ ਬੈਠੇ ਹੋ ਪਾਸੇ ਉਸਤਾਦ ਫਰੀਦ ਇਹ ਤੁਹਾਨੂੰ ਨਜ਼ਰ ਆਉਂਦਾ ਪਿਓ ਸੀ ਸੈਟਿੰਗ ਦੇਖੋ ਮਾਸ਼ਾ ਅੱਲਾ ਬਿਲਕੁਲ ਸਫਾਈ ਜ਼ਬਰਦਸਤ ਕਿਸਮ ਦੀ ਹਰ ਬੂਟੇ ਦੇ ਮੁੰਡ ਦੇ ਨਾਲ ਥੋੜ੍ਹੀ ਥੋੜ੍ਹੀ ਮਿੱਟੀ ਵੀ ਲੱਗੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਗਾਚੇ ਵਾਲੀ ਕਲਮ ਜਿਹੜੀ ਲੱਗੀ ਖੜੀ ਹੈ ਨਾ ਲਈ ਆਸੇ ਕੁਝ ਅਰਸਾ ਪਹਿਲੇ ਦੋਸਤੋ ਤਾਂ ਉਹ ਆਪਣਾ ਸ਼ਾਪਰ ਕੋ ਫਾੜ ਕੇ ਨਿਕਲ ਆਈਏ ਬਾਹਰ ਇਹ ਦੇਖੋ ਇਹ ਗਾਚੇ ਵਾਲਾ ਕਲਮ ਥੀ ਖੜਨ ਸਾਰਿਆਂ ਨਜ਼ਰ ਆਉਂਦੇ ਆਪਣੇ ਹੁਸਨ ਬੜੇ ਜ਼ਬਰਦਸਤ ਕਿਸਮ ਦੇ ਟਾਈਮ ਹੁਣ ਕਹਿ ਨਹੀਂ ਲਾਉਣ ਦਾ ਕੁਝ ਅਰਸੇ ਬਾਅਦ ਲਾ ਸਕਦੇ ਹੋ ਇਨਸ਼ਾਅੱਲਾ ਜਿਲ੍ਹਾ ਬਸ ਦਾ ਮੌਸਮ ਹੋਇਆ ਅਸਲਾਮ ਅਲੈਕੁਮ ਦੋਸਤੋ ਕੈਸੇ ਹੋ ਆਪ ਲੋਕ ਇਹ ਹਮਾਰਾ ਐਸ ਟੀ ਐਸ ਸਮਾਲ ਟ੍ਰੇ ਸਿਸਟਮ ਮੈਂਗੋਜ਼ ਵਿਦ ਫੁੱਲ ਆਫ ਸਮਾਲ ਮੈਂਗੋਜ਼ ਪਲੀਜ਼ ਸੀ ਵਾਟ ਆ ਬਿਊਟੀਫੁੱਲ ਐਂਡ ਡਿਲੀਸ਼ੀਅਸ ਅਗੇਨ ਯੂ ਕੈਨ ਸੀ ਸਮਾਲ ਟ੍ਰੀ ਵਿਦ ਫੁੱਲ ਆਫ ਚੀਨੀ ਮੈਂਗੋਜ਼ ਯੂ ਕੈਨ ਸੀ ਡਿਫਰੈਂਸ ਬਿਟਵੀਨ ਵਨ ਐਂਡ ਅਨਦਰ ਟ੍ਰੀ ਯੂ ਕੈਨ ਸੀ ਡਿਫਰੈਂਸ four feet difference STS I think modern STS smart tree system What a beauty, what a most profitable I can't see any garden in the large number of mangoes but Nambardar garden with full of mangoes with full of small mangoes what a beautiful fruits in the garden of Nambardar beautiful scene beautiful atmosphere cloudy weather and again you can see beauty what a beauty please come on in STS system and earn
large number of dollars. You can see, I think one mango, the cost of $1 in the world. ਸੁਣੋ ਸੀ, ਇਹ ਦੇਖੋ ਸੀ ਹਾਈਟ ਦੇਖੋ ਬੂਟੇ ਸਾਰੇ ਦੇ ਵਾਲਾ, ਉੱਤੇ ਫਲ ਹੀ ਦੇਖੋ, ਨਵੀਂ ਕਲਮ ਜੀ, ਨਵੀਂ ਕਲਮ, ਬਿਲਕੁਲ ਨਵੀਂ ਕਲਮ। ਇਹ ਤੋਂ ਨਜ਼ਰ ਆਉਂਦੀ ਪਿਓ ਸੀ ਸਰ, ਇਹ ਨਵੀਂ ਕਲਮ ਹੈ, ਕਲਮ ਲੱਗੀ ਖੜੀ ਵੇ, ਇਹ ਦੇਖੋ। ਅੱਛਾ ਉਹੀ ਦੇ ਉੱਤੇ ਵੀ ਫਲ ਹੈ, ਲੋਕ ਆਦਮ ਸਾਰੇ ਬੂਟਿਆਂ ਕੋਲ ਫਲ ਨਹੀਂ ਲੱਗਦੇ ਹੈ। ਅਸਲਾਮ ਵਾਲੇਕੁਮ, ਮੇਰੇ ਪਾਸੇ ਰਿਕਵੈਸੋ, ਠੀਕ ਹੈ ਸਰ। ਅਸਲਾਮ ਵਾਲੇਕੁਮ ਦੋਸਤੋ, ਇਹ ਹੈ ਸਿੰਧੜੀ ਹੈ, ਸਿੰਧੜੀ। ਅੱਛਾ ਇਹਨਾਂ ਨਵੀਆਂ ਕਲਮਾਂ ਲਾਇਆ ਸੀ ਇਹੀ ਸੀਜ਼ਨ ਤੇ, ਉਸਤਾਦ ਪੱਪੂ ਲਾ ਗਿਆ ਹੈ, ਜੇ ਦਿਖਵਾਇਆ ਯਹਾਂ ਸੇ ਤੁਹਾਕੋ ਗਾਚੇ ਵਾਲੀ ਕਲਮ ਲਵਾਈਆ ਸੀ, ਇਹ ਗਾਚੇ ਵਾਲੀ ਕਲਮ ਲੱਗੀ ਖੜੀ ਵੇ, ਉਹਦੇ ਉੱਤੇ ਇਤਨਾ ਫਲ ਲੱਗਾ ਖੜੇ। ਲੋਕ ਆਦਮ ਸਾਰੇ ਬੂਟਿਆਂ ਕੋਲ ਫਲ ਨਹੀਂ ਲੱਗਦੇ, ਪਤਾ ਨਹੀਂ ਕਿਉਂ ਨਹੀਂ ਪਿਆ ਲੱਗਦਾ, ਕੋਈ ਖੁਦਾ ਦੀ ਨਾਰਾਜ਼ਗੀ ਥਈ ਖੜੀ ਉਹਨੂੰ ਤੇ, ਹੈ ਸ਼ਾਹ ਸਾਹਿਬ, ਸਦਕਾ ਨਹੀਂ ਵੇ ਕੱਢਦੇ, ਉਸ਼ੁਰ ਨਹੀਂ ਵੇ ਕੱਢਦੇ, ਪਤਾ ਨਹੀਂ ਕਿਆ ਕਿਆ ਨਹੀਂ ਵੇ ਕਰਦੇ। ਇਹਦਾ ਸਦਕਾ ਹੀ ਕੱਢੋ, ਜ਼ਕਾਤ ਹੀ ਕੱਢੋ, ਉਸ਼ੁਰ ਕੱਢੋ, ਇਨਸ਼ਾਅੱਲਾ ਇੱਕ ਗਿੱਠ ਦੇ ਬੂਟੇ ਤੇ ਡੂ ਗਿੱਠੀ ਸਾਰਿਆਂ, ਔਰ ਉਹਨੂੰ ਤੇ ਫਲ ਲੱਗਾ ਖੜੇ। ਅੱਲਾ ਦੇ ਬੰਦੇ, ਇਨਸ਼ਾਅੱਲਾ ਕੋਸ਼ਿਸ਼ ਕੀਤੀ ਰਹੋ, ਟਰਾਈ ਅਗੇਨ ਟਰਾਈ, ਗਾਡ ਹੈਲਪ ਦੋਜ਼ ਹੂ ਹੈਲਪ ਦੈਮਸੈਲਫ, ਅੱਲਾ ਤਾਲਾ ਵੀ ਉਹਨੇ ਮਦਦ ਕਰੇ ਨਾ ਜਿਹੜਾ ਆਪਣੀ ਮਦਦ ਆਪ ਕਰੇ ਨਾ। ਬਾਕੀ ਗੱਲ ਹੀ ਨਾਲ ਬਾਤੇ ਨਾਲ ਟਾਕੇਟਿਵ ਮੈਨ ਨਹੀਂ ਬਣਨਾ ਕਿ ਅਸਾਂ ਬਸ ਗੱਲ ਹੀ ਕੀਤੀ ਰਹੋ ਅਤੇ ਜਹਾਜ਼ ਲਹਿੰਦੇ ਰਹਿ ਵਾਂਗੂ, ਉਹਦਾ ਕੋਈ ਫਾਇਦਾ ਨਹੀਂ। ਮਿਹਨਤ ਕਰੋ, ਇਹ ਸਾਰਾ ਐਸ ਟੀ ਐਸ ਲੱਗਾ ਪਵੇ, ਇਹ ਦੇਖੋ ਇਨਸ਼ਾਅੱਲਾ ਅਗਲੇ ਸਾਲ ਇਹਦਾ ਫਲ ਲਿਖਵੇ ਸੂ ਤੁਹਾਕੋ ਜੀ, ਇੱਥੇ ਹੀ ਫਲਿਆ ਖੜਾ ਸੀ, ਔਰ ਸਾਰਿਆਂ ਉੱਤੇ ਕਲਮਾਂ ਲੱਗੀਆਂ ਖੜੀਆਂ, ਸਾਰਾ ਕਲਮਾਂ ਫੁੱਟੀਆਂ ਖੜੀਆਂ, ਇਹ ਨਜ਼ਰ ਆ ਰਿਹਾ ਪਿਆ ਉਹਨੇ ਸਾਰਾ ਐਸ ਟੀ ਐਸ ਲੱਗਾ ਪਿਆ, ਤਕਰੀਬਨ 5000 ਬੂਟਾ ਲੱਗਾ ਖੜੇ। ਉਹਦੇ ਨਾਲ ਨਾਲ ਵਾਲਾ ਟਮਾਟਰ ਵੀ ਲੱਗੇ ਪਏ, ਟਮਾਟਰ ਦੀ ਵੀ ਆਮਦਨ ਹੈ, ਬਾਗ ਦੀ ਵੀ ਆਮਦਨ ਹੈ, ਅਤੇ ਇਨਸ਼ਾਅੱਲਾ ਲੱਗੇ ਰਹੋ, ਬਾਗਾਤ ਲਾਜ਼ਮੀ ਲਓ। ਕਿਉਂ ਨਾ ਆਵੇ ਸਹੀ ਨਾ ਗੱਲ, ਬਿਲਕੁਲ ਨੰਬਰਦਾਰ ਦੇ ਵਿਜ਼ਨ ਕੋ ਇਨਸ਼ਾਅੱਲਾ ਪੂਰੀ ਦੁਨੀਆ 'ਤੇ ਅਸਾਂ ਫੈਲਾਵਣੇ, ਪੂਰੀ ਦੁਨੀਆ 'ਤੇ ਇਨਸ਼ਾਅੱਲਾ ਉਜਾਗਰ ਕਰਨੇ ਇਹ ਮਾਮਲਾਤ ਕੋ ਕਿ ਗਾਰਡਨਿੰਗ ਕਰਨੀ ਚਾਹੀਦੀ ਹੈ, ਬਾਗਾਤ ਲਾਉਣੇ ਚਾਹੀਦੇ।